ਤੁਸੀਂ ਵੇਖ ਰਹੇ ਹੋ ਪੰਜਾਬੀ ਸਾਇੰਸ ਟੀ ਵੀ ਚੈਨਲ, ਮੈਂ ਹਾਂ ਜਗਜੀਤ ਬਾਰਕ ਸਿੰਘ ਸੱਗੂ। ਸਾਥੀਓ, ਜਿਸ ਤਰ੍ਹਾਂ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹੁੰਦੇ ਹਾਂ ਕਿ ਅਸੀਂ ਹਰ ਸਮੇਂ ਕਿਸੇ ਨਾ ਕਿਸੇ ਮਿਆਰੀ ਇਨਸਾਨ ਦੇ ਨਾਲ ਤੁਹਾਡੀ ਜਿਹੜੀ ਮੁਲਾਕਾਤ ਹੈ ਉਹ ਕਰਵਾਉਂਦੇ ਰਹਿੰਦੇ ਹਾਂ। ਉਹ ਭਾਵੇਂ ਕਿਸੇ ਵੀ ਖਿੱਤੇ ਦੇ ਵਿੱਚ ਆਪਣਾ ਨਾਮ ਕਮਾ ਚੁੱਕੇ ਹੋਣ, ਪਰ ਅੱਜ ਜਿਸ ਸ਼ਖਸੀਅਤ ਦੇ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਚੱਲੇ ਹਾਂ, ਉਹ ਬਨਸਪਤੀ ਨੂੰ, ਪ੍ਰਕਿਰਤੀ ਨੂੰ ਬਹੁਤ ਬੇਹੱਦ ਹੀ ਮੋਹ ਕਰਦੇ ਨੇ। ਉਹ ਰੋਜ਼ਮਰ੍ਹਾ ਦੇ ਕੰਮ ਦੇ ਵਿੱਚ ਆਪਣੇ ਕੋਈ ਭਾਵੇਂ ਕੰਮ ਭੁਲਾ ਦੇਣ, ਪਰ ਜਿਹੜੀ ਪ੍ਰਕਿਰਤੀ ਦੇ ਕੰਮ ਹਨ, ਜਿਸ ਤਰ੍ਹਾਂ ਪੰਛੀਆਂ ਦੀ ਦੇਖ ਰੇਖ ਅਤੇ ਹੋਰ ਫੁੱਲ ਬੂਟਿਆਂ ਦੀ ਜਿਹੜੀ ਦੇਖ ਰੇਖ ਹੈ ਉਸ ਦੀ ਉਹ ਬੜੀ ਸਾਂਭ ਸੰਭਾਲ ਕਰਦੇ ਹਨ। ਸੋ ਆਓ, ਤੁਹਾਡੀ ਮੈਂ ਮੁਲਾਕਾਤ ਕਰਵਾਉਣ ਲੱਗਿਆ ਹਾਂ ਅੱਜ ਉਸ ਮਹਾਨ ਸ਼ਖਸੀਅਤ ਦੇ ਨਾਲ ਜਿਨ੍ਹਾਂ ਨੂੰ ਕਿ ਸਾਨੂੰ ਸਲੂਟ ਕਰਨਾ ਬਣਦਾ ਹੈ, ਜਿਨ੍ਹਾਂ ਨੇ ਕਿ ਬੇਅੰਤ ਜਿਹੜੇ ਪੰਛੀ ਆਪਣੇ ਘਰ ਦੇ ਵਿੱਚ ਰੱਖੇ ਹਨ। ਤੁਹਾਨੂੰ ਉਹ ਵੀ ਵਿਖਾਵਾਂਗੇ ਅਤੇ ਕੀ ਉਹ ਪੰਛੀਆਂ ਨੂੰ ਖਵਾਉਂਦੇ ਹਨ, ਕੀ ਪਿਆਉਂਦੇ ਹਨ ਅਤੇ ਕਿੱਥੋਂ ਇਹ ਪੰਛੀ ਪ੍ਰਾਪਤ ਕੀਤੇ ਹਨ ਅਤੇ ਕਿਸ ਤਰ੍ਹਾਂ ਇਹ ਸਾਂਭ ਸੰਭਾਲ ਸਾਰੇ ਦਿਨ ਵਿੱਚ ਕਰਦੇ ਹਨ। ਸੋ ਆਓ, ਤੁਹਾਡੀ ਮੁਲਾਕਾਤ ਕਰਵਾਉਂਦਾ ਹਾਂ ਮੈਂ ਡਾਕਟਰ ਜਗਸੀਰ ਸਿੰਘ ਜੀ, ਜਿਹੜੇ ਇਹ ਅਸੀਂ ਪਹੁੰਚੇ ਹਾਂ ਅੱਜ ਉਹਨਾਂ ਦੇ ਗ੍ਰਹਿ ਵਿਖੇ। ਸੋ ਆਓ, ਤੁਹਾਡੀ ਮੁਲਾਕਾਤ ਕਰਵਾਈਏ। ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਆ ਤੁਹਾਡਾ ਪੰਜਾਬੀ ਸਾਇੰਸ ਟੀ ਵੀ ਚੈਨਲ 'ਤੇ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਮੈਂ ਪੰਜਾਬੀ ਸਾਇੰਸ ਟੀ ਵੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਸਾਡੇ ਕੋਲ ਆ ਕੇ ਦਰਸ਼ਨ ਦਿੱਤੇ। ਡਾਕਟਰ ਸਾਹਿਬ, ਸਾਰਿਆਂ ਤੋਂ ਪਹਿਲਾ ਸਵਾਲ ਇਹ ਹੈ ਵੀ ਇਹ ਤੁਹਾਨੂੰ ਜਿਹੜਾ ਪੰਛੀਆਂ ਦਾ ਜਿਹੜਾ ਜਾਂ ਆਪਾਂ ਲਾ ਲਈਏ ਵੀ ਪੰਛੀਆਂ ਤੋਂ ਇਲਾਵਾ ਫੁੱਲ ਬੂਟਿਆਂ ਦਾ ਜਿਹੜਾ ਸ਼ੌਕ ਹੈ, ਇਹ ਕਿਵੇਂ ਪਿਆ? ਇਹ ਬਚਪਨ ਤੋਂ ਹੀ ਹੈ, ਸਕੂਲ ਟਾਈਮ ਤੋਂ। ਅੱਛਾ, ਸਕੂਲ ਟਾਈਮ ਤੋਂ ਮਤਲਬ ਤੁਸੀਂ ਉਹ ਕਰਦੇ ਹੋ ਅਤੇ ਜਿਸ ਤਰ੍ਹਾਂ ਹੁਣ ਤੁਸੀਂ ਇਹ ਪੰਛੀ ਰੱਖੇ ਹੋਏ ਨੇ ਬਚਪਨ ਤੋਂ, ਤਾਂ ਫਿਰ ਬਚਪਨ ਦੇ ਵਿੱਚ ਤਾਂ ਕਈ ਗੱਲਾਂ ਹੁੰਦੀਆਂ ਸੀ ਆ, ਜਿਵੇਂ ਹੁਣ ਤੁਸੀਂ ਦੇਸੀ ਚਿੜੀਆਂ ਰੱਖੀਆਂ ਹੋਈਆਂ ਨੇ ਅਤੇ ਆਪਾਂ ਮਤਲਬ ਕਹਿਣ ਦਾ ਭਾਵ ਵੀ ਟੋਕਰਾ ਲਾ ਕੇ ਟੇਢਾ ਕਰਕੇ ਅਤੇ ਆਪਾਂ ਚਿੜੀਆਂ ਫੜਿਆ ਕਰਦੇ ਸੀ, ਉਵੇਂ ਵੀ ਤੁਸੀਂ ਫੜਦੇ ਸੀ ਚਿੜੀਆਂ? ਬਹੁਤ ਫੜ ਗਏ ਜੀ, ਬਹੁਤ ਜ਼ਿਆਦਾ ਫੜਦੇ ਹੁੰਦੇ ਜੀ, ਚਿੜੀਆਂ, ਗੋਲੇ, ਘੁੱਗੀਆਂ। ਜਾਣੀ ਉਦੋਂ ਬਚਪਨ ਸੀ, ਇੰਨਾ ਪਤਾ ਨਹੀਂ ਸੀ ਵੀ ਉਦੋਂ ਤਾਂ ਇਹ ਫੜ ਲੈਣੀਆਂ ਵੀ ਇਹ ਫੜ ਕੇ ਆਪਾਂ ਰੱਖ ਲਾਂਗੇ, ਫਿਰ ਘਰ ਗਾਲਾਂ ਗੂਲਾਂ ਦੇ ਕੇ ਉਹਨੂੰ ਛਡਾ ਦੇਣੇ। ਅਤੇ ਹੁਣ ਮੰਨ ਲਓ ਵੀ ਸਮਝ ਆਈ ਆ ਵੀ ਇਹ ਉਸ ਤਰ੍ਹਾਂ ਫੜ ਕੇ ਰੱਖਣ ਵਾਲੇ ਨਹੀਂ, ਵੀ ਇਹਨਾਂ ਨੂੰ ਆਪਾਂ ਪ੍ਰੇਮ ਕਰੋ, ਪਿਆਰ ਕਰੋ, ਤਾਂ ਇਹ ਆਪਦੇ ਆਪ ਹੀ ਇੱਥੇ ਰਹਿ ਪੈਣਗੇ। ਇਹਨਾਂ ਨੂੰ ਰਹਿਣ ਨੂੰ ਆਲਣੇ ਦਿਓ, ਰਹਿਣ ਨੂੰ ਇਹਨਾਂ ਨੂੰ ਜਗ੍ਹਾ ਦਿਓ, ਖਾਣ ਪੀਣ ਨੂੰ ਪਾਓ, ਪਾਣੀ ਧਾਣੀ ਧਰੋ, ਆਪਦੀਆਂ ਛੱਤਾਂ ਦੇ ਉੱਪਰ ਪਾਣੀ ਰੱਖੋ, ਛੱਤਾਂ ਦੇ ਉੱਪਰ ਦਾਣੇ ਪਾਓ। ਜਿਹੜੇ ਵੀ ਮੰਨ ਲਓ ਹਾੜੀ ਸੋਣੀ ਆਪਣੀ ਫਸਲ ਹੁੰਦੀ ਆ, ਉਹਦੇ ਵਿੱਚੋਂ ਜਿਹੜੀ ਟੁੱਟ ਫੁੱਟ ਨਿਕਲਦੀ ਆ ਕਣਕ ਵੇਲੇ, ਗੁੱਲੀ ਡੰਡਾ ਅਤੇ ਕਣਕ ਦੀ ਟੁੱਟ ਨਿਕਲਦੀ ਆ, ਉਹਨੂੰ ਵੇਚੋ ਨਾ। ਜੇ ਉਹਨੂੰ ਵੇਚਾਂਗੇ ਉਹ 5-7 ਹਜ਼ਾਰ ਦੀ ਆ, ਕੋਈ ਬਾਹਲੀ ਆਮਦਨ ਨਹੀਂ, ਉਹ ਐਵੇਂ ਚੱਲ ਜਾਂਦੇ ਆ। ਅਤੇ ਜੇ ਉਹਨੂੰ ਆਪਾਂ ਰੱਖਾਂਗੇ ਤਾਂ ਆਪਣੇ ਘਰ ਤਰ੍ਹਾਂ ਤਰ੍ਹਾਂ ਦੇ ਜਾਨਵਰ ਆਉਣਗੇ ਜੇ ਆਪਾਂ ਉਹ ਪਾਵਾਂਗੇ ਜਾਨਵਰਾਂ ਨੂੰ। ਇਹ ਤੁਹਾਡੀ ਬਿਲਕੁਲ ਗੱਲ ਠੀਕ ਹੈ। ਹੁਣ ਜਿਹੜਾ ਜਾਨਵਰ ਨੇ ਉਹ ਕੁਛ ਆਪਣੇ ਤੋਂ ਅਲੋਪ ਹੁੰਦੇ ਜਾ ਰਹੇ ਨੇ ਅਤੇ ਇਹ ਚਿੰਤਾ ਦਾ ਵਿਸ਼ਾ ਹੈ। ਜਿਸ ਤਰ੍ਹਾਂ ਹੁਣ ਆਪਣੇ ਦੇਸੀ ਚਿੜੀ ਆ, ਇਹਦਾ ਮਤਲਬ ਕਿ ਅਲੋਪ ਹੋਣ ਦਾ ਕੀ ਕਾਰਨ, ਜਾਂ ਤੁਸੀਂ ਸਮਝਦੇ ਹੋ ਜਾਂ ਪਹਿਲਾਂ ਆਪਣਾ ਗਿਰਜਾਂ ਇਲਾਂ ਹੁੰਦੀਆਂ ਸੀ, ਇਹਨਾਂ ਦਾ ਅਲੋਪ ਹੋਣ ਦਾ ਕੀ ਕਾਰਨ ਸਮਝਦੇ ਤੁਸੀਂ? ਇਹਦਾ ਜਿਹੜਾ ਚਿੜੀਆਂ ਗੋਲਿਆਂ ਘੁੱਗੀਆਂ ਦਾ ਲੋਪ ਹੋਣ ਦਾ ਕਾਰਨ ਤਾਂ ਇਹ ਹੈ ਜੀ, ਅੱਗੇ ਲੋਕਾਂ ਦੇ ਕੜੀ ਬਾਲੇ ਦੇ ਜਾਂ ਟੈਲ ਬਾਲੇ ਦੇ ਘਰ ਹੁੰਦੇ ਸੀਗੇ, ਉਹਨਾਂ ਦੇ ਵਿੱਚ ਇਹਨਾਂ ਨੂੰ ਰਹਿਣ ਨੂੰ ਜਗ੍ਹਾ ਹੁੰਦੀ ਸੀ। ਇੱਕ ਉਹ ਵਿਚਾਲੇ ਥੰਬਲਾ ਜਿਹਾ ਕੱਢ ਕੇ ਉਹਦੇ ਉੱਤੇ ਗਾਡਰਾਂ ਜਾਂ ਖੁੰਡ ਜਿਹੇ ਰੱਖੇ ਹੁੰਦੇ, ਲਟੈਣਾ, ਉਹਦੇ ਵਿੱਚ ਗੋਲੇ ਆਲਣਾ ਪਾ ਲੈਂਦੇ ਸੀ, ਘੁੱਗੀਆਂ ਪਾ ਲੈਂਦੀਆਂ ਸੀ, ਬਾਕੀ ਉਹ ਚਿੜੀਆਂ ਪਾ ਲੈਂਦੀਆਂ ਸੀ। ਹੁਣ ਉਹ ਜਗ੍ਹਾ ਹੈ ਨਹੀਂ ਜੀ, ਖਤਮ ਹੋ ਗਈ, ਲੈਟਰ ਲਾਉਣ ਲੱਗ ਗਏ ਲੋਕ, ਕਿਤੇ ਵੀ ਜਗ੍ਹਾ ਨਹੀਂ।
ਅਤੇ ਉਹ ਤਾਂ ਹੀ ਇਹ ਜਾਨਵਰ ਖਤਮ ਹੋ ਗਏ ਜੀ। ਬਾਹਰ ਇਹਨਾਂ ਨੂੰ ਕੋਈ ਇਹਨਾਂ ਤੋਂ ਵੱਡੇ ਜਿਹੜੇ ਜਾਨਵਰ ਆ ਲਗੜ ਵਗੈਰਾ ਉਹ ਖਾ ਜਾਂਦੇ ਸੀ। ਬਾਕੀ ਲੋਕ ਇਹ ਕਹਿੰਦੇ ਆ, ਲੋਕਾਂ ਨੇ ਅੱਜ ਕੱਲ੍ਹ ਕੋਠੀਆਂ ਪਾਲੀਆਂ ਜੀ, ਅਤੇ ਉੱਥੇ ਉਹ ਸਾਫ਼ ਸਫਾਈ ਰੱਖਦੇ, ਉਹਨਾਂ ਨੂੰ ਇਹ ਹੁੰਦਾ ਵੀ ਇਹ ਬਿੱਠਾਂ ਕਰਦੇ ਆ ਜਾਨਵਰ। ਇਹ ਤਾਂ ਹੁਣ ਜੇ ਆਪਾਂ ਇਹਨਾਂ ਨਾਲ ਪ੍ਰੇਮ ਕਰਾਂਗੇ ਜੀ, ਇੱਥੇ ਰਹਿਣਗੇ, ਬਿੱਠਾਂ ਵੀ ਕਰਨਗੇ, ਉਹਦਾ ਸਾਰਾ ਕੁਛ ਹੀ ਚੱਲਦਾ। ਇਹ ਕੁਦਰਤ ਬਿਲਕੁਲ ਠੀਕ ਹੈ ਗੱਲ। ਜਦੋਂ ਸਰਕੜੇ ਦੀਆਂ ਛੱਤਾਂ ਹੁੰਦੀਆਂ ਸੀ ਉਸ ਟਾਈਮ ਦੇ ਵਿੱਚ, ਜਿਹੜੀਆਂ ਦੇਸੀ ਜਿਹੜੀਆਂ ਸੀ ਉਹ ਅਸੀਂ ਵੀ ਵੇਖਦੇ ਰਹੇ ਹਾਂ। ਅਤੇ ਫਿਰ ਹੁਣ ਇਹ ਤੁਸੀਂ ਮਤਲਬ ਕਿਵੇਂ, ਮਤਲਬ ਦਿਮਾਗ ਦੇ ਵਿੱਚ ਤੁਹਾਡੇ ਕਿਵੇਂ ਆਏ ਸੂਝ ਵੀ ਕਿਵੇਂ ਆਪਾਂ ਰੱਖੀਏ ਜਾਂ ਕਿਵੇਂ, ਇਹ ਕਿਵੇਂ ਹੋਇਆ? ਇਹ ਤਾਂ ਜੀ ਅੱਜ ਤੋਂ ਮੰਨ ਲਓ 4-5 ਸਾਲ ਪਹਿਲਾਂ ਅਸੀਂ ਇੱਥੇ ਪਿੰਡ 'ਚ ਹੋਰ ਵੀ ਮੁੰਡੇ ਸੀਗੇ ਨਾਲ, ਸਾਰਿਆਂ ਨੇ ਇਕੱਠੇ ਹੋ ਕੇ ਸਕੀਮ ਬਣਾਈ ਵੀ ਯਾਰ ਆਪਾਂ, ਸਾਡੇ ਇੱਕ ਨਿੰਮ ਪਈ ਸੀਗੀ ਸੁੱਕੀ, ਉਹ ਇੱਕ ਮਿਸਤਰੀ ਆ ਮੁੰਡਾ ਮੇਰਾ ਫਰੈਂਡ, ਅਸੀਂ 4-5 ਜਾਣੇ ਸੀ, ਅਸੀਂ ਰਾਇ ਬਣਾਈ ਵੀ ਇਹ ਆਪਾਂ ਨਿੰਮ ਚਰਿਆ ਕੇ ਲਿਆਈਏ ਯਾਰ, ਪਿੰਜਰੇ ਬਣਾਵਾਂਗੇ। ਅਸੀਂ ਇੱਕ ਦੋ ਪਿੰਡਾਂ 'ਚ ਲੱਗੇ ਦੇਖੇ ਸੀਗੇ ਜੀ। ਫਿਰ ਅਸੀਂ ਉਹ ਨਿੰਮ ਚਰਾਈ ਜੀ, ਕੁਛ ਮੰਨ ਲਓ ਵੀ ਪਲਾਈ ਲਿਆਂਦੀ, ਫਿਰ ਉਹ ਲਾ ਕੇ ਅਸੀਂ ਪਿੰਜਰੇ ਬਣਾਏ, 275 ਪਿੰਜਰੇ ਬਣ ਗਏ। ਅਤੇ ਫਿਰ ਅਸੀਂ ਉਹਨਾਂ ਨੂੰ ਰੰਗ ਰੂੰਗ ਕਰਕੇ ਫਿਰ ਅਸੀਂ ਉਹ 275 ਪਿੰਜਰੇ ਪਿੰਡ ਦੇ ਵਿੱਚ ਲਾਏ ਜੀ, ਸਾਰੇ ਖੰਭਿਆਂ 'ਤੇ। ਉਹ ਪਿੰਜਰੇ ਜਾਣੀ ਕਿ ਆਲਣਾ ਟਾਈਪ, ਜਿਹੜੇ ਖੰਭਿਆਂ 'ਤੇ ਟੰਗੇ ਜਾਂਦੇ? ਹਾਂ, ਜਿਹੜੇ ਖੰਭਿਆਂ 'ਤੇ ਟੰਗੇ ਜਾਂਦੇ ਜੀ। ਫਿਰ ਮੰਨ ਲਓ ਉਹਦੇ ਵਿੱਚ ਜਾਨਵਰ ਆਲਣਾ ਪਾਉਂਦੇ ਆ ਜੀ ਆਪਦਾ, ਉਹਦੇ ਵਿੱਚ ਮੰਨ ਲਓ ਆਪਦਾ ਘਰ ਆਪ ਹੀ ਬਣਾਉਂਦੇ ਆ, ਉਹਦੇ ਵਿੱਚ ਨਹੀਂ ਕੁਛ ਕਰਦੇ, ਉਹ ਸਿਰਫ ਇੱਕ ਉਹਨਾਂ ਨੂੰ ਰਹਿਣ ਖਾਤਰ ਹੋ ਜਾਂਦਾ ਵੀ ਇੱਕ ਜਗ੍ਹਾ ਮਿਲ ਜਾਂਦੀ ਆ। ਅਤੇ ਉਦੋਂ ਬਾਅਦ ਚਲੋ ਉਹ ਲਾਏ ਜੀ, ਉਹ ਮਹੀਨੇ ਡੂਢ ਮਹੀਨੇ ਦੇ ਵਿੱਚ ਸਾਰੇ ਹੀ ਬੁੱਕ ਹੋ ਗਏ। ਫਿਰ ਉਦੋਂ ਬਾਅਦ ਪਿਛਲੇ ਸਾਲ 70 ਅਸੀਂ ਉਦੋਂ ਮੁੱਲ ਲਿਆ ਕੇ ਲਾਏ। ਉਹ ਇੱਥੇ ਮੁੰਡਾ ਆਪਣੇ ਗੁਆਂਢੀ ਆ, ਇੱਕ ਉਹ ਬਾਹਰ ਗਿਆ ਵੈਸੇ, ਉਹ ਕਹਿੰਦਾ ਯਾਰ ਵੀ ਮੈਂ ਵੀ ਪਿੰਜਰਿਆਂ ਦੀ ਸੇਵਾ ਕਰਨੀ ਆ, ਮੇਰੇ ਨਾਲ ਚਲੋ ਆਪਾਂ ਲੈ ਕੇ ਗਏ। ਫਿਰ ਅਸੀਂ ਉਹਦੇ ਨਾਲ ਗਏ, ਅਸੀਂ 70 ਪਿੰਜਰੇ ਉਦੋਂ ਲਿਆਂਦੇ ਜੀ। ਬਾਕੀ ਮੇਰਾ ਪਿੰਡ 'ਚ ਲੋਕਾਂ ਨੂੰ ਇਹ ਕਿਹਾ ਬਾਈ, ਜੇ ਕਿਸੇ ਦੇ ਕੋਈ ਕੱਦੂ ਸੁੱਕੇ ਹੋਏ ਹੁੰਦੇ ਆ ਤਾਂ ਉਹ ਮੈਨੂੰ ਦੇ ਜਾ ਕਰੋ, ਮੈਂ ਉਹ ਕੱਦੂਆਂ ਨੂੰ ਮੰਨ ਲਓ ਵੀ ਵਿੱਚੋਂ ਸਾਫ਼ ਕਰਕੇ ਉਹਦੇ ਛੋਟੀ ਜਿਹੀ ਗਲੀ ਬਣਾ ਕੇ ਅਤੇ ਉਹਨਾਂ ਨੂੰ ਪੇਂਟ ਕਰਕੇ ਉਹਨਾਂ ਦੇ ਆਲਣੇ ਬਣਾ ਲਈਦੇ ਆ, ਇੱਥੇ ਲਾ ਦੇਈਦੇ ਆ ਜਾਂ ਅਗਲੇ ਨੂੰ ਦੇ ਦੇਈਦਾ ਵੀ ਤੂੰ ਭਾਈ ਆਪਦੇ ਘਰੇ ਲਾ ਦੇ। ਅਤੇ ਕਹਿਣ ਦਾ ਭਾਵ ਵੀ ਤੁਸੀਂ ਜਿਹੜਾ ਪੰਛੀ ਜਿਹੜੇ ਹੈਗੇ ਆ ਵੀ ਆਲਣਾ ਬਣਾਉਣ ਦਾ ਜ਼ਰੀਆ ਬਣਾ ਦਿੰਦੇ ਸੀ, ਜਾਣੀ ਕਿ ਜਿਵੇਂ ਹੁਣ ਤੁਸੀਂ ਕਹਿੰਦੇ ਵੀ ਜਾਂਦੀ ਸੀਗੀ ਜੀ, ਮੰਨ ਲਓ ਵੀ ਜਿਹੜਾ ਆਪਾਂ ਪਿੰਜਰਾ ਬਣਾਤਾ ਉਹਦੇ ਵਿੱਚ ਪੰਛੀ ਨੂੰ ਜਗ੍ਹਾ ਮਿਲ ਜਾਂਦੀ ਹੈ ਜੀ, ਆਲਣਾ ਉਹਦੇ ਵਿੱਚ ਆਪ ਹੀ ਪਾਉਂਦਾ। ਹੁਣ ਊਂ ਮੰਨ ਲਓ ਜੇ ਆਪਾਂ ਦੇਖੀਏ ਤਾਂ ਖੰਭੇ ਦੇ ਉੱਤੇ ਵੀ ਕੋਈ ਆਲਣਾ ਪਾਉਣ ਨੂੰ ਜਗ੍ਹਾ ਨਹੀਂ, ਜਦੋਂ ਆਪਾਂ ਇੱਕ ਪਿੰਜਰਾ ਲਾਤਾ ਉਹਦੇ ਵਿੱਚ ਪੰਛੀ ਨੂੰ ਆਲਣਾ ਪਾਉਣ ਨੂੰ ਜਗ੍ਹਾ ਮਿਲ ਜਾਂਦੀ ਹੈ, ਉਹ ਆਪਦਾ ਆਲਣਾ ਉਹਦੇ ਵਿੱਚ ਆਪੇ ਬਣਾ ਲੈਂਦਾ। ਜਾਂ ਫਿਰ ਅਸੀਂ ਪਿੰਡ ਦੇ ਵਿੱਚੋਂ ਮੰਨ ਲਓ ਵੀ ਜਿੰਨੇ ਯਾਰ ਦੋਸਤ ਸੀ ਉਹਨਾਂ ਕੋਲ ਤੌੜੇ ਪਏ ਸੀ ਘਰਾਂ 'ਚ ਵਾਧੂ, ਫਿਰ ਅਸੀਂ ਉਹ ਇੱਕ ਵਾਰੀ ਤੌੜੇ ਇਕੱਠੇ ਕਰਕੇ ਤੌੜਿਆਂ ਦੇ ਉੱਤੇ ਪੇਂਟ ਕਰਕੇ ਫਿਰ ਉਹ ਲਾਏ ਜੀ ਪਿੰਡ ਦੇ ਵਿੱਚ, ਹਰ ਕੋਲ ਦਰੱਖਤਾਂ 'ਤੇ ਅਤੇ ਹੋਰ ਤੌੜੇ ਲਾਏ ਹੋਏ ਆ, ਜਿਹੜੀਆਂ ਮੰਨ ਲਓ ਵੀ ਠੰਡੇ ਵਾਲੀਆਂ ਬੋਤਲਾਂ ਹੁੰਦੀਆਂ ਉਹਨਾਂ ਦੇ ਵਿੱਚ ਥੱਲੇ ਲੀਟਰ ਵੱਢ ਕੇ ਉਹ ਲਾ ਕੇ ਅਤੇ ਉਹਦੇ 'ਚ ਗਲੀਆਂ ਕੱਢ ਕੇ ਉਹਨਾਂ 'ਚ ਦਾਣੇ ਪਾਏ ਹੁੰਦੇ ਆ, ਦਰੱਖਤਾਂ ਦਰੂਖਤਾਂ 'ਤੇ ਟੰਗੇ ਹੋਏ ਜਾਂ ਬਾਹਰ। ਬਸ ਇਸ ਤਰ੍ਹਾਂ ਜਾਨਵਰ ਗਿੱਜ ਜਾਂਦੇ ਆ, 11 ਜਾਨਵਰ ਜਮ੍ਹਾਂ ਖਤਮ ਹੋ ਗਏ ਸੀਗੇ ਜੀ। ਫਿਰ ਜਦੋਂ ਮੰਨ ਲਓ ਵੀ ਚਿੜੀ ਕਿਤੇ ਨਾ ਗੋਲਾ ਨਾ ਘੁੱਗੀ ਦੇਖਣ ਨੂੰ ਨਹੀਂ ਮਿਲਦੇ ਜੀ, ਫਿਰ ਜਦੋਂ ਇਹ ਪਿੰਜਰੇ ਲਾਏ ਫਿਰ ਹੌਲੀ ਹੌਲੀ ਆਪੀ ਜਾਨਵਰ ਆਉਣ ਲੱਗ ਗਏ ਜੀ, ਹੁਣ ਬਹੁਤ ਜ਼ਿਆਦਾ ਜਾਨਵਰ ਆ। ਨਹੀਂ, ਤੁਹਾਡਾ ਤਾਂ ਜਿਹੜਾ ਏਰੀਆ ਹੈ ਤਕਰੀਬਨ ਫੁੱਲਿਆਂ ਵਾਲਾ ਦੇਖਿਆ, ਅਸੀਂ ਆਏ ਹਾਂ ਅਤੇ ਇੱਧਰ ਤੁਸੀਂ ਦੱਸਦੇ ਹੋ ਵੀ ਸੂਆ ਹੈ, ਇੱਧਰ ਨਹਿਰ ਹੈ ਅਤੇ ਬਹੁਤ ਵਧੀਆ ਬੀੜਾਂ ਨੇ, ਬੜੀ ਹਰੇ ਬਾਈ ਆ, ਦਰਖਤ ਨੇ, ਕਹਿਣ ਦਾ ਮਤਲਬ ਵੀ ਇੱਥੋਂ ਵੀ ਜਾਨਵਰ ਜਿਹੜੇ ਹੈਗੇ ਸੀ ਉਹ ਖਤਮ ਹੋਏ ਸੀ? ਹਾਂ, ਇੱਥੇ ਵੀ ਜਾਨਵਰ ਹੈ ਨਹੀਂ ਸੀਗੇ ਜਿਹੜੇ ਮੰਨ ਲਓ ਜਾਨਵਰ ਆ, ਜਿਵੇਂ ਚਿੜੀਆਂ ਜੀ,
ਇਹ ਜਿਹੜੇ ਜਾਨਵਰ ਹੈ ਘਰਾਂ ਦੇ ਵਿੱਚ ਹੀ ਰਹਿੰਦੇ ਆ, ਇਹ ਬਾਹਰ ਦਰਖਤਾਂ 'ਤੇ ਆਲ੍ਹਣੇ ਨਹੀਂ ਪਾਉਂਦੇ, ਤਾਂ ਕਿ ਜਦੋਂ ਘਰਾਂ ਦੇ ਵਿੱਚ ਇਹਨਾਂ ਨੂੰ ਰਹਿਣ ਨੂੰ ਜਗ੍ਹਾ ਹੀ ਨਹੀਂ ਮਿਲਦੀ ਸੀਗੀ ਕਿਤੇ, ਤਾਂ ਉਹ ਫਿਰ ਖਤਮ ਹੋ ਗਏ ਸੀ, ਜਾਂ ਕਿਤੇ ਦੂਰ ਚਲੇ ਗਏ ਜਾਂ ਊਂ ਖਤਮ ਹੋ ਗਏ। ਇਹ ਹੌਲੀ ਹੌਲੀ ਮੰਨ ਲਓ ਵੀ ਹੁਣ ਜਦੋਂ ਆਲ੍ਹਣੇ ਲਾਤੇ ਜੀ, ਹੁਣ ਇਹ ਬਹੁਤ ਆ ਗਏ, ਜਾਂ ਜਿਹਨੂੰ ਆਪਾਂ ਮੈਣਾ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ, ਗਿਟਾਰ ਵੀ ਕਹਿ ਦਿੰਦੇ ਹਾਂ ਜੀ ਆਪਾਂ, ਕੋਚਰ ਕਹਿ ਦਿੰਦੇ ਹਾਂ, ਉਹ ਜਾਣੀ ਜਿੰਨੇ ਅਸੀਂ ਖੰਭਿਆਂ ਦੇ ਉੱਤੇ ਆਲ੍ਹਣੇ ਲਾਏ ਸੀਗੇ ਜੀ, ਉਹਨਾਂ ਦੇ ਵਿੱਚ ਸਾਰਿਆਂ 'ਚ ਉਹਨਾਂ ਨੇ ਆਲ੍ਹਣੇ ਪਾਏ ਆ, ਕੋਚਰ ਹੋਇਆ, ਗਰੜ ਫੰਘ ਹੋਇਆ, ਅਤੇ ਜਾਂ ਗਿਟਾਰ ਹੋ ਗਈ, ਮੈਣਾ ਵੀ ਕਹਿ ਦਿੰਦੇ ਹਾਂ ਆਪਾਂ, ਅਤੇ ਜਾਂ ਕੁਛ ਦੇ ਵਿੱਚ ਤੋਤਿਆਂ ਨੇ ਵੀ ਪਾਏ ਸੀਗੇ ਜੀ। ਅਤੇ ਆ ਮੈਂ ਮੋਰਾਂ ਦੀ ਆਵਾਜ਼ ਸੁਣ ਰਿਹਾ, ਮੋਰ ਬੋਲ ਰਹੇ ਨੇ, ਅਤੇ ਉਹ ਵੀ ਆਪਾਂ ਦਿਖਾਵਾਂਗੇ ਵੀਡੀਓ ਰਾਹੀਂ। ਅਤੇ ਇਹ ਮੋਰ ਤੁਹਾਨੂੰ ਕਿੱਥੋਂ ਪ੍ਰਾਪਤ ਹੋਇਆ? ਇਹ ਮੋਰ ਅੱਜ ਤੋਂ 10 ਸਾਲ ਪਹਿਲਾਂ ਹੀ, ਸਾਡਾ ਜਿਹੜਾ ਨਹਿਰ ਦੇ ਨਾਲ ਖੇਤ ਆ, ਉੱਥੇ ਕਦੇ ਕਦੇ ਨਾ ਦੂਰੋਂ ਕਿਤੋਂ ਮੋਰਨੀਆਂ ਮੰਨ ਲਓ ਆ ਜਾਂਦੇ ਆ, ਤੁਰਦੇ ਫਿਰਦੇ ਕਿਤੇ ਕਿਤੇ ਦਿਖਦੇ ਆ, ਉੱਥੇ ਨਾ ਉਹ ਸਾਡਾ ਖੇਤ ਉੱਧਰ ਨੇੜੇ ਪੈ ਜਾਂਦਾ। ਸਾਨੂੰ ਨਾ ਉੱਥੋਂ ਚਰੀ ਦੇ ਵਿੱਚੋਂ ਆਂਡੇ ਮਿਲੇ ਸੀ 4, ਉਹ ਪਹਿਲਾਂ ਸਾਨੂੰ ਇਹ ਵੀ ਨਹੀਂ ਪਤਾ ਸੀ ਵੀ ਕਾਹਦੇ ਆ, ਫਿਰ ਜਿਵੇਂ ਸਿਆਣੇ ਬਜ਼ੁਰਗਾਂ ਨੂੰ ਪਤਾ ਹੁੰਦਾ ਵੀ ਇਹ ਮੋਰ ਦੇ ਆਂਡੇ ਆ, ਉਹ ਮੋਰਨੀ ਕੁਛ ਦਿਨ ਅਸੀਂ ਉੱਨੀ ਕੁ ਚਰੀ ਛੱਡਤੀ ਵੀ ਮੰਨ ਲਓ ਕੁਛ ਦਿਨ ਦੇਖਿਆ ਉਹ ਮੋਰਨੀ ਉੱਥੇ ਆਈ ਨਾ, ਪਤਾ ਨਹੀਂ ਤਾਂ ਉੱਧਰ ਹੱਡਾ ਰੂੜੀ ਵੀ ਆਈ ਕੁੱਤੇ ਕਾਤੇ ਖਾ ਗਏ। ਫਿਰ ਅਸੀਂ ਉਹ ਆਂਡੇ ਚੱਕ ਕੇ ਲਿਆ ਕੇ ਮੁਰਗੀ ਸੇਵਾ ਮੰਗਦੀ ਸੀਗੀ ਜੀ, ਉਹਦੇ ਥੱਲੇ ਰੱਖਤੇ, ਉਹ ਬੱਚੇ ਨਿਕਲਿਆ ਜੀ ਫਿਰ ਮੋਰ ਦੇ। ਅਤੇ ਜਿਹੜੇ ਜਿਹੜੇ ਮੋਰਨੀ ਦੇ ਆਂਡੇ ਆ, ਜਿਹੜੀ ਉਹਨਾਂ ਤੋਂ ਬੱਚੇ ਕਢਵਾਏ ਜਾਣੇ, ਮੁਰਗੀ ਤੋਂ ਕਢਵਾਏ ਜੀ, ਅਤੇ ਫਿਰ ਉਹ ਮੁਰਗੀ ਨੇ ਬੱਚੇ ਕੱਢ ਲਏ, ਚਲੋ ਉਹ ਸਾਡੇ ਕੋਲ ਇੱਥੇ ਅਸੀਂ ਪਾਲ ਲਏ, ਵੱਡੇ ਹੋ ਗਏ, ਅਤੇ ਉਦੋਂ ਬਾਅਦ ਫਿਰ 1-2 ਵਾਰੀ ਹੋਰ ਕੱਢੇ, ਅਤੇ ਹੁਣ ਮੰਨ ਲਓ ਸਾਡੇ ਕੋਲ 5 ਆਏ ਜੀ। ਅੱਛਾ, ਇਸ ਟਾਈਮ ਤੁਹਾਡੇ ਕੋਲ 5 ਮੋਰ ਨੇ, ਅਤੇ ਮੋਰਾਂ ਤੋਂ ਇਲਾਵਾ ਹੋਰ ਜਿਹੜੇ ਪੰਛੀਆਂ ਦੀ ਗਿਣਤੀ ਜਿਹੜੇ ਆਪਾਂ ਨੂੰ ਗਿਣੇ ਜਾ ਸਕੇ, ਕਿਉਂਕਿ ਚਿੜੀਆਂ ਨੂੰ ਆਪਾਂ ਗਿਣੇ ਨਹੀਂ ਜਾ ਸਕਦੇ, ਚਿੜੀਆਂ ਦੀ ਗਿਣਤੀ ਮੈਂ ਵੇਖ ਰਿਹਾ ਕਾਫੀ ਉੱਡਦੀਆਂ ਨੇ, ਬੈਠਦੀਆਂ ਨੇ, ਅਤੇ ਹੋਰ ਕਿਹੜੇ ਕਿਹੜੇ ਜਾਨਵਰ ਨੇ ਵੀ ਜਿਹੜੇ ਤੁਹਾਨੂੰ ਤੁਸੀਂ ਗਿਣ ਕੇ ਦੱਸ ਸਕਦੇ? ਇਹ ਜਾਨਵਰ ਆ ਜਾਂ ਤਾਂ ਸਾਡੇ ਕੋਲ ਮੁਰਗੀਆਂ ਜੀ, ਲਾਗੇ ਕਬੂਤਰ ਆ, ਦੂਸਰੇ ਕਬੂਤਰ ਵੀ ਆ, ਉਹ ਅਸੀਂ ਕੋਈ ਸ਼ਰਤ ਤਾਂ ਨਹੀਂ ਛੱਡਦੇ, ਊਂ ਹੀ ਰੱਖੇ ਹੋਇਆ ਚੌਂਕੀਆਂ ਤੌਰ 'ਤੇ, ਅਤੇ ਇੱਕ ਟਰਕੀ ਮੁਰਗਾ ਜੀ, ਬਾਕੀ ਮੋਰ ਆ, ਅਤੇ ਬਾਕੀ ਗੋਲੇ ਘੁੱਗੀਆਂ ਉਹ ਇੱਥੇ ਆਮ ਆਪਦੀ ਮਰਜ਼ੀ ਨਾਲ ਰਹਿੰਦੇ ਆ, ਜਾਣੀ ਉਹਨਾਂ ਨੂੰ ਆਲ੍ਹਣੇ ਬਣਾ ਕੇ ਦਿੱਤੇ ਆ ਦਰੱਖਤਾਂ ਦੇ ਉੱਤੇ, ਦਾਣੇ ਪਾਏ ਹੋਏ ਆ ਇੱਥੇ ਕੋਠੇ ਦੇ ਉੱਪਰ। ਤੋਤੇ ਵੀ ਬਹੁਤ ਆਉਂਦੇ ਆ ਜੀ ਸੁਬਾਹ ਸੁਬਾਹ, ਮੰਨ ਲਓ ਵੀ 100 ਦੀ ਗਿਣਤੀ 'ਚ ਹੁੰਦੇ ਆ, ਬਹੁਤ ਜ਼ਿਆਦਾ ਆਉਂਦੇ ਆ। ਉਹਨਾਂ ਨੂੰ ਵੀ ਆਲ੍ਹਣੇ ਲਾਏ ਸੀ, ਪਰ ਉਹਨਾਂ ਨੇ ਉਹਦੇ ਵਿੱਚ ਵੜ ਜ਼ਰੂਰ ਜਾਂਦੇ ਸੀ, ਪਰ ਉਹ ਇੱਥੇ ਰਹੇ ਨਹੀਂ, ਆਲ੍ਹਣੇ ਪਾਏ ਨਹੀਂ ਉਹਨਾਂ ਨੇ। ਉਹਦਾ ਕੀ ਕਾਰਨ ਵੀ ਤੋਤਾ ਕਿਉਂ ਨਹੀਂ? ਕਾਰਨ ਨਹੀਂ ਕੁਛ ਕਹਿ ਸਕਦੇ, ਜੋ ਤੋਤਿਆਂ ਵਾਲੇ ਅਸੀਂ ਸਪੈਸ਼ਲ ਲਿਆਉਂਦੇ ਸੀਗੇ ਉਹ ਡੂੰਘੇ ਹੁੰਦੇ ਆ, ਪਰ ਉਹਦੇ ਵਿੱਚ ਉਹ ਰਹੇ ਨਹੀਂ। ਇਹ ਜ਼ਿਆਦਾਤਰ ਮੈਨੂੰ ਲੱਗਦਾ ਜੀ ਜਿਵੇਂ ਝੁੰਡਾਂ ਦੇ ਉਸ 'ਚ ਹੀ ਰਹਿੰਦੇ ਆ, ਜਿਵੇਂ ਨਹਿਰਾਂ ਨੂਹਰਾਂ 'ਤੇ ਪੁਰਾਣੇ ਦਰੱਖਤ ਆ ਉਹਨਾਂ ਦੇ ਵਿੱਚ ਪਾਉਂਦੇ ਆ ਇਹ ਆਲ੍ਹਣੇ, ਖੋਖਲੇ ਥਾਵਾਂ 'ਤੇ ਇਹਨਾਂ ਨੇ ਮੰਨ ਲਓ ਇੱਥੇ ਆਲ੍ਹਣੇ ਪਾਏ ਨਹੀਂ। ਜਿਵੇਂ ਬਣ ਹੋਇਆ ਥੋਥਾ ਬਣਾ, ਬਣਾਂ ਦੇ ਵਿੱਚ ਜ਼ਿਆਦਾ, ਹਾਂ ਉਹ ਜਿਹੇ ਦਰੱਖਤਾਂ ਦੇ ਵਿੱਚ ਪਾਉਂਦੇ ਆ ਜੀ, ਖੁੱਡਾਂ ਦੇ ਵਿੱਚ ਦਰੱਖਤਾਂ ਦੀਆਂ ਜੀ। ਸੋ ਮੈਂ ਵੀ ਦੇਖਦਾ ਰਿਹਾ ਵੀ ਇਹ ਜਿਹੜਾ ਜ਼ਿਆਦਾਤਰ ਤੋਤੇ ਹੁੰਦੇ ਸੀ ਇਹ ਬਣਾਂ ਦੇ ਵਿੱਚ ਹੀ ਜ਼ਿਆਦਾ ਹੁੰਦੇ ਸੀ। ਫਿਰ ਡਾਕਟਰ ਸਾਹਿਬ, ਇਹ ਜਿਹੜਾ ਤੁਸੀਂ ਜਿਵੇਂ ਮੋਰ ਹੋਇਆ ਜਾਂ ਹੋਰ ਜਾਨਵਰ ਤੁਹਾਡੇ ਕੋਲ ਹੈਗੇ ਆ, ਕਿਉਂਕਿ ਜੇ ਹੁਣ ਆਪਾਂ ਦੇਖਿਆ ਜਾਵੇ ਕਬੂਤਰ ਜਾਂ ਮੁਰਗੇ ਇਹ ਤਾਂ ਆਮ ਹੀ ਹੈਗੇ ਆ, ਜਿਸ ਤਰ੍ਹਾਂ ਹੁਣ ਤੁਸੀਂ ਚੁਗਲ ਦੀ ਗੱਲ ਕੀਤੀ ਹੈ ਜਾਂ ਹੋਰ ਪੰਛੀਆਂ ਦੀ ਗੱਲ ਕੀਤੀ ਹੈ, ਅਤੇ ਇਹਨਾਂ ਨੂੰ ਤੁਸੀਂ ਕੀ ਖਾਣ ਪੀਣ ਨੂੰ ਕੀ ਪਾਉਂਦੇ ਜੀ? ਉਹਨਾਂ ਨੂੰ ਤਾਂ ਮੰਨ ਲਓ ਜਿਹੜੇ ਚੁਗਲ ਆ ਜੀ, ਇਹ ਤਾਂ ਆਮ ਬਾਹਰ ਜਿਹੜੇ ਪਿੰਡ ਦੇ ਵਿੱਚ ਲਾਏ ਹੋਏ ਆ ਜੀ ਪਿੰਜਰੇ,
ਉਹਨਾਂ 'ਚ ਰਹਿੰਦੇ ਆ, ਉਹਨਾਂ ਨੂੰ ਅਸੀਂ ਕੁਛ ਨਹੀਂ ਪਾਉਂਦੇ, ਉਹ ਆਪਦੀ ਮਰਜ਼ੀ ਨਾਲ ਹੀ ਖਾਂਦੇ ਹੋਣਗੇ ਜਿਹੜਾ ਵੀ ਕੁਛ ਖਾਂਦੇ ਆ। ਜਿਹੜੇ ਆਪਣੇ ਇੱਥੇ ਘਰ ਜਾਨਵਰ ਰਹਿੰਦੇ ਆ ਜੀ, ਮੰਨ ਲਓ ਚਿੜੀਆਂ ਹੋ ਗਈਆਂ, ਗੋਲੇ ਘੁੱਗੀਆਂ, ਉਹਨਾਂ ਨੂੰ ਛੱਤ ਦੇ ਉੱਪਰ ਅਸੀਂ ਮੰਨ ਲਓ ਚੌਲਾਂ ਦੀ ਟੁੱਟ ਜੀ, ਕਣਕ ਜਿਹੜੀ ਟੁੱਟ ਹੁੰਦੀ ਆ ਆਪਣਾ ਜਦੋਂ ਝਾਰ ਲਾਉਂਦੇ ਹਾਂ ਉਦੋਂ ਨਿਕਲਦੀ ਆ ਗੁੱਲੀ ਡੰਡਾ ਹੋਇਆ, ਅਤੇ ਉਹ ਪਾਉਂਦੇ ਹਾਂ ਜੀ। ਅਤੇ ਇਹ ਹਣ ਸਾਰੇ ਸ਼ਾਕਾਹਾਰੀ ਨੇ ਇਹ ਜਿਹੜੇ ਜਾਨਵਰ ਆਪਣੇ ਕੋਲ? ਹਾਂ, ਇਹ ਸ਼ਾਕਾ ਜਿਹੜੇ ਮੰਨ ਲਓ ਮੋਰ ਹੈ, ਮਾਸਾਹਾਰੀ ਹੈ ਜੀ। ਮਾਸਾਹਾਰੀ ਫਿਰ ਕਈ ਵਾਰੀ ਜਿਹੜਾ ਇਹ ਭੋਜਨ ਜਿਹੜਾ ਮਾਸਾਹਾਰੀ ਕਰੇ, ਇਹਨਾਂ ਦਾ ਟੇਸਟ ਬਦਲਦੇ ਵੀ ਹੋਣਗੇ? ਨਹੀਂ, ਇਹ ਆਪਣੇ ਘਰ ਤਾਂ ਇੱਥੇ ਇਹਨਾਂ ਨੂੰ ਮੰਨ ਲਓ ਜੀ ਸਿਆਲ ਦੇ ਵਿੱਚ ਜਿਹੜਾ ਅਸੀਂ ਬਾਹਰੋਂ ਲਿਆ ਕੇ ਪਾਉਂਦੇ ਹਾਂ ਉਹ ਮੂੰਗਫਲੀ ਪਾਈ ਦੀ ਆ ਸਿਆਲੋ ਸਿਆਲ, ਸੁਬਹਾ ਅਤੇ ਸ਼ਾਮ ਨੂੰ, ਅਤੇ ਬਾਕੀ ਇੱਥੇ ਰੋਟੀਆਂ ਚੂਰ ਦੇਈ ਦੀਆਂ, ਰੋਟੀਆਂ ਲੱਸੀ ਦੇ ਵਿੱਚ ਚੂਰ ਦੇਈ ਦੀਆਂ ਗਰਮੀ ਦੇ ਵਿੱਚ, ਸਿਆਲ ਦੇ ਵਿੱਚ ਰੋਟੀਆਂ ਊਂ ਚੂਰ ਕੇ ਪਾਈ ਦੀਆਂ, ਸਿਆਲ ਦੇ ਵਿੱਚ ਪਾਲਕ ਵਗੈਰਾ ਹੁੰਦੀ ਹੈ ਜੀ ਆਪਣੇ, ਉਹ ਚੀਰ ਕੇ ਪਾ ਦੇਈ ਦੀ ਆ, ਜਿਵੇਂ ਹੁਣ ਗਰਮੀ ਆ ਗਈ ਜੀ ਹੁਣ ਪੱਤ ਗੋਭੀ ਚੀਰ ਕੇ ਪਾ ਦੇਈ ਦੀ ਆ ਆਪਣੇ ਖੇਤ ਲਾਈ ਵੀ ਆ, ਅੰਗੂਰ ਲਿਆਈ ਦੇ ਆ ਮੰਡੀਓਂ, ਅੰਗੂਰ ਪਾ ਦੇਈ ਦੇ ਆ, ਅਤੇ ਬਾਕੀ ਰੋਟੀ ਲੱਸੀ ਦੇ ਵਿੱਚ ਭਿਉਂ ਦੇਈ ਦੀ ਆ ਜੀ, ਚੂਰ ਕੇ ਲੱਸੀ ਪਾ ਦੇਈ ਦੀ ਆ ਵਿੱਚ, ਉਹ ਜਦੋਂ ਪੋਲੀ ਹੋ ਜਾਈ ਜਾਂਦੀ ਆ ਉਹ ਤਰ ਦਿੰਦੇ ਆ। ਬਾਕੀ ਆ ਕਣਕ ਅਤੇ ਗੁੱਲੀ ਡੰਡਾ ਇਹ ਉੱਥੇ ਆਮ ਹੀ ਪਾ ਕੇ ਰੱਖਿਆ ਹੁੰਦਾ ਜੀ, ਉਹ ਆਪਦੀ ਮਰਜ਼ੀ ਨਾਲ ਖਾਂਦੇ ਆ। ਬਾਕੀ ਉਹ ਮਾਸਾਹਾਰੀ ਤਾਂ ਇਹ ਆ, ਇਹ ਤਾਂ ਦੇਖਿਆ ਵੀ ਜੇ ਕੋਈ ਕੈਲੜੀ ਗੁੱਲੀ ਆਉਂਦੀ ਆ ਜਾਂ ਕੋਈ ਚੂਹੀ ਨਿਕਲਿਆ ਜੀ ਅਤੇ ਉਹਨੂੰ ਮਾਰ ਕੇ ਖਾ ਜਾਂਦੇ ਆ ਜੀ, ਉਹ ਤੋਂ ਪਤਾ ਲੱਗਦਾ ਵੀ ਇਹ ਮਾਸਾਹਾਰੀ ਆ। ਸੱਪ ਸੁੱਪ ਵੀ ਖਾ ਜਾਂਦੇ ਆ ਜੀ। ਸੱਪ ਦਾ ਤਾਂ ਕਹਿੰਦੇ ਇਹ ਬੜਾ ਬੁਰਾ ਹਾਲ ਕਰਦੇ ਆ, ਮੋਰ ਕਰੇ ਆ ਜਾਂ ਕੋਈ ਸਮਾਂ ਆਇਆ ਵੀ ਜਦੋਂ ਤੁਸੀਂ ਦੇਖਿਆ ਹੋਵੇ ਨਜ਼ਾਰਾ? ਇਹ ਅਸੀਂ ਇੱਥੇ ਦੇਖਿਆ ਜੀ ਵੱਡਾ ਸੱਪ ਤਾਂ ਨਹੀਂ ਦੇਖਿਆ, ਜਾਣੀ ਸਾਡੇ ਨਾ ਇੱਥੇ ਕਈ ਵਾਰੀ ਸੱਪਾਂ ਦੇ ਬੱਚੇ ਬੁੱਚੇ ਜੇ ਨਿਕਲ ਆਉਂਦੇ ਪਤਾ ਨਹੀਂ ਕਿੱਧਰੋਂ ਆਉਂਦੇ ਆ, ਉਹਨਾਂ ਨੂੰ ਮਾਰ ਮੂਰ ਕੇ ਖਾ ਜਾਂਦੇ ਆ, ਉਹਨਾਂ ਨੂੰ ਫੜ ਕੇ ਮੰਨ ਲਓ ਵੀ ਐਂ ਸਰਜਾ ਮਾਰ ਮਾਰ ਕੇ ਥੱਲੇ ਮਾਰਦੇ ਆ, ਅਤੇ ਉਹ ਜਦੋਂ ਮਰ ਜਾਂਦਾ ਫਿਰ ਖਾ ਜਾਂਦੇ, ਐਂ ਚੂਹੀ ਨੂੰ ਖਾਂਦੇ ਆ। ਅਤੇ ਡਾਕਟਰ ਸਾਹਿਬ, ਇਹ ਜਿਹੜਾ ਤੁਸੀਂ ਦਿਨ ਭਰ ਇਹ ਕੰਮ ਕਰਦੇ ਹੋ, ਇਹਦੇ ਨਾਲ ਤੁਹਾਨੂੰ ਮਨ ਦੀ ਸੰਤੁਸ਼ਟੀ ਹੈ ਵੀ ਕਿਵੇਂ ਲੱਗ ਰਿਹਾ? ਮਨ ਦੀ ਪੂਰੀ ਸੰਤੁਸ਼ਟੀ ਆ ਜੀ। ਜੇ ਮੰਨ ਲਓ ਕਿਤੇ ਗਏ ਵੀ ਹੁੰਦੇ ਹਾਂ ਘਰੇ, ਮੰਨ ਲਓ ਸਾਡਾ ਦੂਜਾ ਪਰਿਵਾਰ ਆ, ਉਹ ਵੀ ਸਾਰਾ ਕੁਛ ਉਵੇਂ ਹੀ ਪਾਉਂਦਾ ਜਿਵੇਂ ਮੈਂ ਪਾਉਣਾ, ਪਰ ਫਿਰ ਵੀ ਜਦੋਂ ਕਿਤੇ ਗਏ ਹੁੰਦੇ ਹਾਂ ਉਦੋਂ ਇਹ ਹੁੰਦਾ ਵੀ ਯਾਰ ਆਪਣੇ ਜਾਨਵਰ ਨਾ ਭੁੱਖੇ ਹੋਣ, ਪਰ ਜਦੋਂ ਵੀ ਕਿਤੋਂ ਆਈਦਾ ਜੇ ਮੰਨ ਲਓ ਕਿਤੇ ਗਏ ਵਿਆਂ ਤਾਂ ਆਈਦਾ ਤਾਂ ਪਹਿਲਾਂ ਹੋਰ ਬਾਅਦ 'ਚ ਕੰਮ ਦੇਖੀਦਾ, ਅਤੇ ਪਹਿਲਾਂ ਇਹਨਾਂ ਕੋਲ ਹੀ ਦੇਖੀਦਾ ਵੀ ਠੀਕ ਆ, ਕੁਛ ਪਾਇਆ ਵਾ, ਖਾਧਾ ਵਾ, ਕਿਵੇਂ ਆ। ਅੱਛਾ, ਕਈ ਵਾਰੀ ਐਂ ਹੁੰਦਾ ਵੀ ਇਹ ਚੱਲਦੇ ਕੰਮ ਦੇ ਵਿੱਚ ਕਈ ਵਾਰੀ ਮਤਲਬ ਗੁੱਸਾ ਵੀ ਆਇਆ? ਨਹੀਂ, ਗੁੱਸਾ ਕਦੇ ਨਹੀਂ ਆਇਆ ਯਾਰ, ਕਿੱਥੋਂ ਪਾਲ ਛੱਡੇ ਯਾਰ, ਕਿਵੇਂ ਕਰੀਏ ਯਾਰ? ਨਹੀਂ, ਗੁੱਸਾ ਕੋਈ ਨਹੀਂ ਆਉਂਦਾ ਜੀ। ਅੱਛਾ, ਠੀਕ ਹੈ ਜੀ, ਪਿਆਰੀ ਚੀਜ਼ ਹੈ ਵੈਸੇ ਜਾਨਵਰ, ਬਹੁਤ ਵਧੀਆ ਜਿਹੜਾ ਉਪਰਾਲਾ ਹੈ ਡਾਕਟਰ ਸਾਹਿਬ ਦਾ। ਸੋ ਇਹਨਾਂ ਨੂੰ ਆਪਾਂ ਹੁਣ ਵਿਖਾਵਾਂਗੇ, ਮੋਰਾਂ ਦੇ ਨਾਲ ਵੀ ਵਿਖਾਵਾਂਗੇ ਵੀ ਕੀ ਖਵਾਉਂਦੇ ਨੇ, ਕੀ ਪਿਆਉਂਦੇ ਨੇ। ਅਤੇ ਮੈਂ ਸੁਣਿਆ ਵੀ ਤੁਸੀਂ ਜਾਨਵਰਾਂ ਦੇ ਨਾਮ ਵੀ ਰੱਖੇ ਹੋਏ ਪੰਛੀਆਂ ਦੇ? ਹਾਂਜੀ, ਮੋਰਾਂ ਦੇ ਨਾਂ ਰੱਖੇ ਹੋਏ ਆ ਜੀ। ਅੱਛਾ, ਜਦੋਂ ਆਵਾਜ਼ ਮਾਰਦੇ ਹੋ ਨਾਮ ਲੈ ਕੇ? ਜਿਵੇਂ ਹੁਣ ਮੰਨ ਲਓ ਬਾਹਰ ਗਏ ਹੋਏ ਆ, ਜਦੋਂ ਆਵਾਜ਼ ਮਾਰੀ ਦੀ ਆ ਪੂਰੇ ਜ਼ੋਰ ਨਾਲ, ਅਤੇ ਉਦੋਂ ਇਹ ਬਸ ਇੱਕ ਦੋ ਮਿੰਟਾਂ ਦੇ ਵਿੱਚ ਜਦੋਂ ਆਵਾਜ਼ ਸੁਣੀ, ਮੰਨ ਲਓ ਵੀ ਇੱਕ ਦੋ ਮਿੰਟਾਂ ਦੇ ਵਿੱਚ ਆ ਕੇ ਕੰਧ ਚੜ੍ਹੇ ਆਉਂਦੇ ਆ, ਉਦੋਂ ਪਤਾ ਲੱਗ ਜਾਂਦਾ ਵੀ ਆ ਗਏ। ਅੱਛਾ, ਬਾਹਰ ਵੀ ਚਲੇ ਜਾਂਦੇ ਨੇ? ਬਾਹਰ ਵੀ ਜਾ ਵੜਦੇ ਆ ਜੀ। ਉਹ ਗਰਮੀ 'ਚ ਮੰਨ ਲਓ ਘੱਟ ਜਾਂਦੇ ਆ, ਜਿਵੇਂ ਸਿਆਲ ਆ, ਸਿਆਲ ਦੇ ਵਿੱਚ ਜਿਵੇਂ ਆਪਣੇ ਨਾਲ ਇੱਧਰ ਖੇਤ ਆ ਜੀ, ਆਪਣੇ ਪਿੱਛੇ ਖੇਤ ਆ, ਉੱਥੇ ਜਾ ਵੜਦੇ ਆ। ਲੋਕਾਂ ਦੇ ਲਾਂਭੇ ਵੀ ਆਉਂਦੇ ਆ ਜੀ ਕਈ ਵਾਰੀ, ਜਿਵੇਂ ਕਿਸੇ ਦੇ
ਸਬਜ਼ੀ ਸੁਬਜ਼ੀ ਲਾਈ ਹੁੰਦੀ ਆ ਆਂਢ ਗੁਆਂਢ 'ਚ, ਉਹ ਵੀ ਖਾ ਆਉਂਦੇ ਆ। ਫਿਰ ਅਗਲਾ ਕਹਿੰਦਾ ਯਾਰ ਤੁਹਾਡੇ ਮੋਰ ਸਾਡੀ ਸਬਜ਼ੀ ਜਾਂ ਮਿਰਚਾਂ ਖਾ ਕੇ ਜਾਂ ਆਹ ਕੁਛ ਖਾ ਕੇ, ਅਗਲੇ ਨੂੰ ਕਹੀਦਾ ਭਾਈ ਸਾਥੋਂ ਲੈ ਜਾ ਕਰੋ ਜੇ ਤੁਹਾਡੀ ਖਾ ਜਾਂਦੇ। ਕੁੱਤੇ ਬਿੱਲੇ ਦਾ ਤਾਂ ਖੈਰ ਲਾਂਭਾ ਉਹਨਾਂ ਦੇਖਿਆ, ਪਰ ਮੋਰਾਂ ਦੇ ਵੀ ਖੈਰ ਲਾਂਭੇ ਆਉਂਦੇ ਨੇ। ਸੋ ਬਹੁਤ ਵਧੀਆ ਜਿਹੜਾ ਕਾਰਜ ਹੈ ਉਹ ਤੁਸੀਂ ਕਰ ਰਹੇ ਹੋ। ਸੋ ਡਾਕਟਰ ਸਾਹਿਬ ਤੁਸੀਂ ਚਲੋ ਤੁਸੀਂ ਸਾਨੂੰ ਦਿਖਾਇਓ ਇਹ ਸਾਰੇ ਹੱਲ ਨੇ। ਅੱਛਾ ਡਾਕਟਰ ਸਾਹਿਬ, ਮੈਂ ਤੁਹਾਨੂੰ ਸਵਾਲ ਕਰਨਾ ਸੀ ਇਹ ਵੀ ਕਦੇ ਇਹ ਪੰਛੀਆਂ 'ਤੇ ਕਦੇ ਗੁੱਸਾ ਆਇਆ? ਗੁੱਸਾ ਤਾਂ ਊਂ ਤਾਂ ਨਹੀਂ ਆਉਂਦਾ ਜੀ, ਕਈ ਵਾਰੀ ਹੁਣ ਜਿਹੜਾ ਵੱਡਾ ਮੋਰ ਆ ਸਾਡਾ, ਇਹ ਜਦੋਂ ਇਹਨੂੰ ਕੁਛ ਪਾਉਂਦੇ ਆ ਤਾਂ ਇਹ ਤਾੜ ਮਾਰਦਾ। ਇਹਦਾ ਨਾਂ ਕੀ ਰੱਖਿਆ ਹੋਇਆ ਜੀ? ਇਹਦਾ ਨਾਂ ਬਾਜ਼ ਹੈ ਜੀ। ਬਾਜ਼ ਬਾਜ਼ ਜਾਣੀ ਕਹਿੰਦਾ ਤਾੜ ਮਾਰਦਾ, ਊਂ ਗੁੱਸਾ ਉਦੋਂ ਆਉਂਦਾ ਵੀ ਨਾਲੇ ਤੈਨੂੰ ਕੁਛ ਪਾਉਂਦੇ ਆ ਨਾਲੇ ਤੂੰ ਮਾਰਦਾ। ਊਂ ਕਹਿੰਦੇ ਤਾਂ ਕੁਛ ਨਹੀਂ, ਪਰ ਊਂ ਗੁੱਸਾ ਆ ਜਾਂਦਾ ਵੀ ਮਾਰਦਾ ਮਾਰ ਜਾਂਦਾ ਆਪਣਾ ਰੋਜ਼। ਆ ਅੱਜ ਮੇਰੇ ਮਾਰ ਗਿਆ ਇੱਥੇ, ਮੈਂ ਸਵੇਰੇ ਰੋਟੀ ਪਾਉਣ ਲੱਗਿਆ ਸੀ ਅਤੇ ਆਹ ਮਾਰੀਆਂ ਹੁੰਦਾ। ਮੰਨ ਲਓ ਤਕਰੀਬਨ ਰੋਜ਼ ਹੀ ਜਦੋਂ ਉਹਦੇ ਨੇੜੇ ਜਾਂਦੇ ਹਾਂ ਉਹਨੂੰ ਕੁਛ ਪਾਉਂਦੇ ਹਾਂ ਤਾਂ ਉਹਦਾ ਮੇਨ ਕੰਮ ਇਹ ਆ ਵੀ ਮੈਂ ਪਹਿਲਾਂ ਮਾਰਾਂ ਫਿਰ ਮੁੜ ਕੇ ਖਾਵਾਂ। ਉਹ ਫਿਰ ਰਾਸ਼ਟਰੀ ਪੰਛੀ ਵੀ ਹੈ ਨਾ, ਇਹ ਵੀ ਆਪਣਾ ਰੋਹਬ ਵੀ ਜਮਾਉਣਾ। ਹਾਂਜੀ ਹਾਂਜੀ, ਮਾਰਦਾ ਇਹੀ ਆ, ਦੂਜਾ ਨਹੀਂ ਕਹੋ, ਕਹਿੰਦਾ ਉਹ ਨਰਮ ਬਹੁਤ ਸੀ। ਅੱਛਾ, ਉਹ ਦੂਸਰੇ ਦਾ ਕੀ ਨਾਂ? ਉਹਦਾ ਨਾਮ ਮੋਨੂ ਸੀਗਾ ਜੀ। ਅੱਛਾ, ਉਹ ਕਿੱਧਰ ਗਿਆ ਜੀ? ਉਹਦੀ ਡੈਥ ਹੋ ਗਈ ਸੀਗੀ ਜੀ ਪਿਛਲੀ 20 ਤਰੀਕ ਨੂੰ। ਓਹ ਅੱਛਾ ਜੀ, ਉਹਦਾ ਕੀ ਕਾਰਨ ਹੋਇਆ ਸੀ ਜੀ? ਉਹਦਾ ਕਾਰਨ ਇਹ ਸੀਗਾ ਜੀ, ਉਹ ਆਪਣੇ ਮੰਨ ਲਓ ਇੱਧਰ ਨਾਲ ਦੇ ਘਰ ਉਹਨਾਂ ਦੇ ਮੱਝਾਂ ਰੱਖੀਆਂ 20-25, ਉਹਨਾਂ ਦੇ ਮੁਰਗੇ ਨਾਲ ਲੜਦਾ ਹੁੰਦਾ ਸੀ ਹਰ ਰੋਜ਼ ਹੀ ਜਾ ਕੇ। ਉਹ ਲੜਦੇ ਲੜਦੇ ਕਿਤੇ ਮੱਝਾਂ ਥੱਲੇ ਵੜ ਗਏ, ਉਹ ਮੱਝ ਡਰ ਕੇ ਟੱਪ ਪਈ, ਉਹਦਾ ਪੈਰ ਧਰਿਆ ਗਿਆ ਉੱਤੇ। ਅੱਛਾ, 20-25 ਜਿਹੜੀ ਮੱਝਾਂ ਦੇ ਵਿੱਚ ਆ ਗਿਆ ਮੁਰਗੇ ਨਾਲ ਲੜਦਾ। ਉਹਨੂੰ ਜਾਣੀ ਸ਼ੌਂਕ ਸੀ ਮੁਰਗਿਆਂ ਨਾਲ ਲੜਨ ਦਾ, ਉਹ ਮੁਰਗਿਆਂ ਨਾਲ ਲੜਨ ਦਾ ਮਾਰਾ ਸਾਰੇ ਪਿੰਡ 'ਚ ਗੇੜੇ ਦੇ ਕੇ ਆਉਂਦਾ ਸੀ। ਅੱਛਾ, ਉਹ ਮੁਰਗਿਆਂ ਨਾਲ ਜਫਾ ਜਫੀ ਹੁੰਦਾ? ਹਾਂ, ਉਹ ਮੁਰਗਿਆਂ ਨਾਲ ਉਹ ਲੜਦਾ ਸੀ। ਮੰਨ ਲਓ ਹਰੇਕ ਦੇ ਜਿਹਦੇ ਮੁਰਗੇ ਰੱਖੇ ਹੁੰਦੇ ਸਾਰੇ ਪਿੰਡ 'ਚ ਗੇੜਾ ਦੇ ਕੇ ਆਉਂਦਾ। ਹਰ ਇੱਕ ਮੈਨੂੰ ਜਦੋਂ ਕੋਈ ਟੱਕਰਦਾ ਹਰੇਕ ਕਹਿੰਦਾ ਸੀ ਯਾਰ ਤੁਹਾਡਾ ਮੋਰ ਸਾਡੇ ਮੁਰਗੇ ਨਾਲ ਲੜਨ ਆਉਂਦਾ, ਅਤੇ ਵੀ ਉਹ ਖਾਂਦਾ ਕੀ ਆ, ਅਸੀਂ ਪਾ ਦਿਆ ਕਰਾਂਗੇ। ਫਿਰ ਮੈਂ ਦੱਸਦਾ ਅਗਲੇ ਨੂੰ ਭਾਈ ਉਹ ਨੂਣ ਵਾਲੀਆਂ ਪਕੌੜੀਆਂ ਵੱਧ ਖਾਂਦਾ, ਫਿਰ ਉਹ ਅਗਲਾ ਪਕੌੜੀਆਂ ਪਕੂੜੀਆਂ ਲਿਆ ਕੇ ਰੱਖਦਾ ਵੀ ਸਾਡੇ ਘਰ ਆਵੇ। ਫਿਰ ਲੋਕ ਵੀਡੀਓ ਵੀ ਬਣਾਉਂਦੇ ਜੀ ਆਪਣੇ ਬੱਚਿਆਂ ਨਾਲ, ਫੋਟੋਆਂ ਖਿੱਚ ਲੈਂਦੇ ਆ। ਉਹ ਕਿੰਨੇ ਸਮੇਂ ਦਾ ਸੀ ਜੀ? ਉਹ 4 ਸਾਲਾਂ ਦਾ ਸੀਗਾ ਜੀ। ਹਾਂਜੀ ਡਾਕਟਰ ਸਾਹਿਬ, ਫਿਰ ਉਹ ਮੋਨੂ ਦਾ ਤੁਹਾਨੂੰ ਆਪਣੇ ਹੱਥੀਂ ਪਾਲਿਆ ਹੋਇਆ ਸੀ, ਕੁਛ ਅਫਸੋਸ? ਬਹੁਤ ਅਫਸੋਸ ਹੋਇਆ ਜੀ ਸਾਨੂੰ ਸਾਰੇ ਟੱਬਰ ਨੂੰ, ਬਾਕੀ ਸਾਡੇ ਰਿਸ਼ਤੇਦਾਰਾਂ ਨੂੰ, ਪਿੰਡ ਦੇ ਲੋਕਾਂ ਨੂੰ। ਮੰਨ ਲਓ ਵੀ 10 ਦਿਨ ਲੋਕ ਫੋਨ ਕਰ ਪੁੱਛੀ ਗਏ ਜਦੋਂ ਮੈਂ ਉਹਦੀ ਵੀਡੀਓ ਪਾਈ, ਸਟੇਟਸ ਲਾਇਆ ਵੀ ਯਾਰ ਹਰ ਇੱਕ ਨੇ ਬਹੁਤ ਦੁੱਖ ਮਨਾਇਆ ਜੀ। ਜਿਵੇਂ ਆਪਾਂ ਇੱਕ ਮਨੁੱਖ ਦਾ ਦੁੱਖ ਮਨਾਉਂਦੇ ਹਾਂ, ਸਾਡੇ ਰਿਸ਼ਤੇਦਾਰਾਂ ਨੇ, ਪਿੰਡ ਦੇ ਲੋਕਾਂ ਨੇ, ਸਾਨੂੰ ਬਹੁਤ ਮੰਨ ਲਓ ਵੀ ਦੁੱਖ ਮਹਿਸੂਸ ਹੋਇਆ। 4-5 ਦਿਨ ਰੋਟੀ ਨਹੀਂ ਚੰਗੀ ਲੱਗੀ ਅਤੇ ਫਿਰ ਅਸੀਂ ਉਹਨੂੰ ਪਿੱਛੇ ਆਪਦੇ ਖੇਤ ਦੇ ਵਿੱਚ, ਮੈਂ ਬੂਝੇ ਤਾਂ ਊਂ ਲਿਆਇਆ ਸੀਗਾ ਜੀ ਲਾਉਣ ਨੂੰ ਖੇਤ 'ਚ, ਫਿਰ ਅਸੀਂ ਉਹਨੂੰ ਪਿੱਛੇ ਖੇਤ ਦੇ ਵਿੱਚ ਦੱਬ ਕੇ ਅਤੇ ਫਿਰ ਅਸੀਂ ਉਹਦੇ ਉੱਤੇ ਮੰਨ ਲਓ ਵੀ ਆਪਣਾ ਬਦਾਮਾਂ ਦਾ ਬੂਝਾ ਲਾਤਾ ਜੀ ਉਸ ਦੀ ਯਾਦ ਦੇ ਵਿੱਚ। ਜੇਕਰ ਅੱਜ ਉਹ ਇਹ ਮੱਝਾਂ ਦੇ 20-25 ਮੱਝਾਂ ਦੀ ਚਪੇਟ ਵਿੱਚ ਨਾ ਆਉਂਦਾ, ਅੱਜ ਉਹ ਵੀ ਇੱਥੇ ਕਾਫਲੇ ਦੇ ਵਿੱਚ ਜ਼ਰੂਰ। ਹਾਂਜੀ ਹਾਂਜੀ, ਚਲੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਆ ਤੁਹਾਡਾ।